ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਖਾਲਿਸਤਾਨੀ ਅਮਰਪਾਲ ਸਿੰਘ ਦੇ ਸਾਥੀ ਮੰਤਰੀ ਬਾਜੇਕੇ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਮੰਤਰੀ ਬਾਜੇਕੇ ਆਪਣੀ ਮਾਂ ਨੂੰ ਫੋਨ ਕਰਦਾ ਅਤੇ ਕੁਝ ਗੱਲਾਂ ਬਾਤਾਂ ਕਰਦਾ ਅਤੇ ਇਸ ਦੌਰਾਨ ਮੰਤਰੀ ਬਾਜੇਕੇ ਨੇ ਜੇਲ੍ਹ ਪ੍ਰਸ਼ਾਸਨ ਅਤੇ ਸੀਐਮ ਭਗਵੰਤ ਮਾਨ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ। ਹਾਲਾਂਕਿ SMZ ਨਿਊਜ਼ ਇਸ ਵਾਇਰਲ ਆਡੀਓ ਦੀ ਪੁਸ਼ਟੀ ਨਹੀਂ ਕਰਦਾ, ਪਰ ਇਸ ਵਾਇਰਲ ਆਡੀਓ ਦੇ ਵਿੱਚ ਮੰਤਰੀ ਬਾਜੇਕੇ ਆਪਣੀ ਮਾਂ ਨੂੰ ਦੱਸ ਰਿਹਾ ਕਿ ਉਸਦੀ ਹਾਲਤ ਠੀਕ ਨਹੀਂ ਹੈ ਅਤੇ ਪ੍ਰਸ਼ਾਸਨ ਵੀ ਉਸਨੂੰ ਦਵਾਈ ਨਹੀਂ ਦੇ ਰਿਹਾ। ਇਸ ਤੋਂ ਇਲਾਵਾ ਹੋਰ ਉਸਦਾ ਕੀ ਕਹਿਣਾ, ਆਓ ਸੁਣਦੇ ਹਾਂ। ਕੋਈ ਮੈਨੂੰ ਇਹਨਾਂ ਦਵਾਈ ਨੀ ਦਿੱਤੀ, ਕੋਈ ਕੁਛ ਨੀ, ਬਸ ਲਾਰੇ ਲੁਪੇ ਲਾਈ ਜਾਂਦੇ ਆ। ਬਹੁਤ ਮੰਦਾ ਉਂਝ, ਮਤਲਬ ਓਵੇਂ ਮਹਾਰਾਜ ਦੀ ਕਿਰਪਾ ਨਾਲ ਕਿਰਪਾ ਹੈ ਗੁਰੂ ਦੇ ਭਾਣੇ ਨਾ, ਬਾਕੀ ਇਹਨਾਂ ਨੇ ਕੋਈ ਦਵਾਈ ਦੁਈ ਨੀ ਦਿੰਦੀ, ਕੋਈ ਕੁਛ ਨੀ ਦਿੰਦੇ, ਨਹੀਂ ਦਿੰਦੇ, ਨਾ ਦਵਾਈ ਦਿੰਦੇ ਨਾ ਕੋਈ ਨਾ ਕੋਈ, ਜੇ ਕਿਸੇ ਦੀ ਰਿਪੋਰਟ ਕਰ ਵੀ ਲੈਂਦੇ ਤੇ ਦੋ ਦੋ ਮਹੀਨੇ ਦਿੰਦੇ ਨੀ। ਅੱਛਾ, ਆ ਤਾਂ ਏਡੀ ਦੂਰ ਜਾ ਸਟਿਆ ਨੇ ਤਾਂ ਚੱਲ ਦਵਾਈ ਬੂਟੀ ਤੇ ਦੇਣ, ਹੁਣ ਹੱਕ ਦਵਾਈ ਬੂਟੀ ਦੇਣ ਦਾ ਹੈਗਾ ਨਾ। ਜਿਮੇਵਾਰ ਨੇ ਜਿਨ੍ਹਾਂ ਨੇ ਏਡੀ ਦੂਰ ਜਾ ਸਟਿਆ, ਤੇ ਹੁਣ ਪੀ ਫਿਰ ਦੇਖਭਾਲ ਵੀ ਨੀ ਕਰਦੇ ਪੈ ਗਏ। ਬੁੱਢਾ ਬੰਦਾ ਏਡੀ ਦੂਰ, ਹਾਂ ਇਹ ਤਾਂ ਫਿਰ ਹੈ ਨਾ, ਆਪਣੀ ਨੀ ਸਕੀਦਾ, ਆਪਣੀ ਨੀ ਸਕੀਦਾ, ਜਾਣਾ ਬਹੁਤ ਮੁਸ਼ਕਿਲ ਆ, ਜਾਣਾ ਬਹੁਤ ਮੁਸ਼ਕਿਲ ਹੈ। ਤੇ ਜੇ ਇਹਨਾਂ ਮਾਰਨਾ ਹੀ ਹੈ ਤੇ ਪੰਜਾਬ ਜਾ ਕੇ ਮਾਰ ਦੇਣ। ਆਹੋ ਫਿਰ ਪੰਜਾਬ ਜੇ ਜਾ ਕੇ ਸਾਡੇ ਅੱਖਾਂ ਦੇ ਸਾਹਮਣੇ ਤੇ ਮਾਰਨ, ਜਾਂ ਕੋਈ ਦੱਸਣ ਵੀ ਆ ਆ, ਹੈ ਦੱਸਦੇ ਕੁਛ ਨਹੀਂ ਗੇ ਤੇ ਛੱਡਦੇ ਵੀ ਨਹੀਂ ਪਏਗੇ। ਤੇ ਗੱਲ ਇਹ ਆ ਕਿ ਫਿਰ ਤੁਸੀਂ ਦਵਾਈ ਬੂਟੀ ਦੇ ਹੋਣਾ ਸੀ ਜੇ ਤੁਹਾਡੇ ਅੰਡਰ ਆ, ਤੁਹਾਡੇ ਸਾਰਾ ਕੁਝ, ਮੰਨ ਲਓ ਕਿ ਅਸੀਂ ਤੁਹਾਡੀ ਫੈਕਟਰੀ ਦੇ ਵਿੱਚ ਤੇ ਦਵਾਈ ਤੇ ਤੁਸੀਂ ਦੇਣੀ ਹੋਣਾ ਸੀ, ਪੈਸੇ ਕਿੱਥੋਂ ਤੁਹਾਨੂੰ ਦੇਈਏ? ਹਾਂ ਉਹਨਾਂ ਹੀ ਦੇਣੀ, ਉਹਨਾਂ ਹੀ ਦਵਾਈ ਜਦੋਂ ਉਹਨਾਂ ਨੇ ਲਗਾਏ ਚੁੱਕ ਕੇ ਤੇ ਉਹਨਾਂ ਹੀ ਦੇਣੀ ਆ। ਪੈਸੇ ਦੇ ਕੇ ਵੀ ਦੂਜਾ ਨਾ ਸੀ, ਜੇ ਪੈਸੇ ਆਪਾਂ ਦੇ ਵੀ ਦਈਏ, ਪੈਸੇ ਦੇ ਕੇ ਵੀ ਦਵਾਈ ਨੀ ਦੇਣੀ, ਤੇ ਜਿਹੜਾ ਇੱਥੋਂ ਦਾ ਡਾਕਟਰ ਏ ਜੇਲ ਦਾ, ਦੇਖਭਾਲ ਕਰਨ ਦਾ ਅੱਬਲ ਦੇ ਮਹੀਨੇ ਪਿੱਛੋਂ ਤੇ ਕਰਨ, ਖੂਨ ਚੈੱਕ ਕਰਨ, ਕੋਈ ਦੇਖਭਾਲ ਆਦੀ ਦਵਾਈ ਬੂਟੀ ਦੀ ਕਰਨ, ਉਹਨਾਂ ਦਾ ਹੱਕ ਹੈ ਡਾਕਟਰਾਂ ਦਾ। ਕੋਈ ਨੀ ਕਰਦੇ, ਜਿਵੇਂ ਆਪਾਂ ਮੰਨ ਲਓ ਇੱਧਰ ਜਿਹੜੇ ਆਪਣੇ ਪੰਜਾਬ ਦੇ ਡੰਗਰ ਡਾਕਟਰ, ਉਹ ਵੀ ਡੰਗਰ ਨੂੰ ਸੂਈ ਲਾਉਣ ਲੱਗੇ, ਦੋ ਵਾਰਾਂ ਵੇਹਦੇ ਕਿ ਇਹਨੂੰ ਪੀੜ ਨਹੀਂ ਹੋਣੀ, ਤੇ ਇੱਥੇ ਸੂਈ ਹੈ ਡੰਗਰਾਂ ਤੋਂ ਵੀ ਭੈੜੀਆਂ ਚਬਾਉਂਦੇ ਨੇ। ਜਦੋਂ ਕਿਤੇ ਪੀੜ ਹੁੰਦੀ, ਮੰਨ ਲਓ ਕੋਈ, ਮੰਨ ਲਓ ਮੇਰੀ ਧੜਕਣ ਵਧੀ ਤੇ ਮੈਂ ਉਹਨੂੰ ਬੋਤਲ ਤੋਂ ਪਾਣੀ ਦੀ ਭਰ ਕੇ ਲਾ ਤੀ, ਉਹਦੀ ਬੋਤਲ ਲਾ ਤੀ, ਇਹ ਗੱਲ ਦੱਸ ਨਹੀਂ ਠੀਕ ਤਾਂ ਨੀ, ਸਰਕਾਰਾਂ ਵਾਸਤੇ ਕੰਮ ਨੀ ਹੈ ਠੀਕ, ਗੌਰਮੈਂਟ ਵਾਸਤੇ ਤੇ ਆਪਣੀਆਂ ਤੋਂ ਰੱਬ ਤੇ ਡੋਰੀਆਂ ਨੇ ਫਿਰ। ਹੋਰ ਨਾ ਤੇ ਮਹਾਰਾਜ ਤੇ ਸੱਚੇ ਪਾਤਸ਼ਾਹ ਦੇ ਦੂਜੇ ਨਾ ਬੱਤੇ, ਉਹ ਜਿਹੜਾ ਤੇ ਡੈਰੀ ਦੇ ਗਏ ਨੀ ਜੀ ਗੁਰਬਾਣੀ ਸੁਣਨ ਵਾਲਾ, ਉਹ ਵੀ ਨੀ ਦਿੱਤਾ ਨਾ, ਉਹ ਚਿੱਪਾਂ ਜਿਹੜੀ ਗੁਰਬਾਣੀ ਭਰਾ ਕੇ ਡੈਰੀ ਦੇ ਗਿਆ ਸੀ ਮਨ ਤੇਵਰ ਘਾਟਾ। ਅੱਛਾ,
ਮਹਾਰਾਜ ਦਾ ਨਾਮ ਹੀ ਨੀ ਲੈਣਾ ਚੰਗਾ ਲੱਗਦਾ ਤੇ ਫਿਰ ਉਹਨਾਂ ਨੇ ਤਾਂ ਨਾਂ ਦਿੰਦੇ ਨੇ ਪੀ ਆਪੇ ਆਂਦੇ ਨੇ ਮਰਨਗੇ ਕੁੱਤੇ ਦੀ ਮੌਤ ਤੇ ਫਿਰ ਹੋਰ ਕੀ ਆ ਪੀ ਬਹੁਤ ਮੰਨ ਲੋ ਇਹਨਾਂ ਦਾ ਕੰਮ ਹੈ ਪੂਰਾ ਮੰਨ ਧੱਕਾ ਕਰਦੇ ਪਏ ਨੇ ਧੱਕਾ ਹੀ ਕਰਦੇ ਪਏ ਨੇ ਇੱਥੇ ਵੀ ਧੱਕਾ ਤੇ ਫਿਰ ਉੱਥੇ ਵੀ ਧੱਕਾ ਹੀ ਹੁੰਦਾ ਪਿਆ ਹੋਰ ਕੀ ਹੁੰਦਾ ਆਹੋ ਧੱਕਾ ਹੀ ਕਰਦੇ ਹਾਂ ਦਵਾਈ ਬੁਦੀ ਤੇ ਮੈਂ ਤੇ ਸਾਮ ਸਰਕਾਰ ਦੀ ਬੇਨਤੀ ਕਰਨਾ ਕਿ ਇਹ ਕੱਲ ਨੂੰ ਕੁਝ ਹੋ ਗਿਆ ਤੇ ਇਹੋ ਜ਼ਿੰਮੇਵਾਰ ਨੇ ਮੈਂ ਸਾਮ ਸਰਕਾਰ ਜ਼ਿੰਮੇਵਾਰ ਆ ਇਹੋ ਜ਼ਿੰਮੇਵਾਰ ਆ ਫਿਰ ਆਪੇ ਦੇਣਗੇ ਸਾਨੂੰ ਬੰਦੇ ਫਿਰ ਵੀ ਸਾਡੇ ਕਿਸੇ ਨੂੰ ਦਵਾਈ ਦੁਈ ਨੀ ਦਿੰਦੇ ਬਾਈ ਸਾਰੇ ਮਹਾਰਾਜ ਦੇ ਭਾਣੇ ਦੇ ਵਿਚ ਚੜ੍ਹਦੀ ਕਲਾ ਦੇ ਵਿਚ ਮਹਾਰਾਜ ਤੁਹਾਨੂੰ ਐਵੇਂ ਅਸ਼ਟਾਂ ਨੇ ਚੜ੍ਹਦੀ ਕਲਾ ਜੀ ਰੱਖੇ ਤੇ ਆਪੇ ਇਹਨਾਂ ਨੂੰ ਕੀੜੇ ਪੈਣਗੇ ਔਂਤਰਿਆਂ ਨੂੰ ਹਾਂ ਤੇ ਇਹ ਕੋਈ ਗੱਲ ਨਹੀਂ ਕੋਈ ਕੁਝ ਹੈਗਾ ਨਹੀਂ ਹੈ ਤੁਸੀਂ ਐਡੀ ਦੂਰ ਸੱਟੇ ਕੰਮ ਨੇ ਉਹਨਾਂ ਦਵਾਈ ਬੂਟੀ ਤੇ ਦਿਓ ਮਰੋ ਸਾਨੂੰ ਕੋਈ ਚਾਹੀਦੀ ਕੋਈ ਦਾਲ ਮੈਂ ਕਿਹਾ ਮੈਨੂੰ ਬਾਹਰ ਦਾਖਲ ਕਰਾ ਦਿਓ ਦੋ ਚਾਰ ਦਿਨ ਚੱਲ ਮੈਂ ਦਵਾਈ ਮਤਲਬ ਸੈੱਟ ਹੋ ਜਾ ਤੇ ਕੋਈ ਨੀ ਮੈਨੂੰ 6 ਮਹੀਨੇ ਹੋ ਗਏ ਨੇ ਮੈਂ ਰੜਕਦੇ ਫਿਰਦੇ ਰੜਕਦੇ ਤਿੰਗ ਇੱਕ ਹੋਰ ਕੰਮ ਕਰਦਾ ਜੀ ਇਹ ਸਿਰ ਪੀੜ ਦੀ ਵੀ ਗੋਲੀ ਹੋ ਬੁਖਾਰ ਦੀ ਵੀ ਗੋਲੀ ਹੋ ਢਿੱਡ ਪੀੜ ਦੀ ਵੀ ਹੋ ਇੱਕੋ ਹੀ ਗੋਲੀਆਂ ਡਾਕਟਰ ਫੜਾ ਦਿੰਦਾ ਠੀਕ ਹੋ ਗਿਆ ਹੋ ਗਿਆ ਠੀਕ ਹੋ ਗਿਆ ਜੇ ਕੋਈ ਬੰਦਾ ਉਹਦੇ ਕੋਈ ਜਾਵੇ ਹਾਂ ਡਾਕਟਰ ਬਸ ਠੀਕ ਹੋ ਗਿਆ ਹੋ ਗਿਆ ਤੇਰਾ ਭਲਾ ਕਰੇ ਭਰਾਵਾ ਮੈਨੂੰ ਬੋਲੀ ਨੀ ਸਮਝ ਆਉਂਦੀ ਮੈਂ ਪੰਜਾਬੀ ਬੋਲਣਾ ਉਹ ਬੋਲਦੇ ਨੇ ਦੂਜਾ ਆਪਦੀ ਆਈਫੋਨ ਵਾਲੀ ਬੋਲੀ ਚੱਲ ਇੱਧਰ ਦਫ਼ਾ ਰੱਖ ਲੈਂਦੇ ਇੱਧਰ ਰੱਖ ਲੈਂਦੇ ਜਿਹੜਾ ਰੱਖਣਾ ਸੀ ਚੱਲ ਜੇ ਸਾਲ ਪੂਰਾ ਕਰਨਾ ਸੀ ਕੁਛ ਵੀ ਸੀ ਇੱਧਰ ਮਰ ਜਾਂਦੇ ਰੱਖ ਲੈਂਦੇ ਵੀ ਆਪਣੇ ਘਰੇ ਵੀ ਗੇੜਾ ਕੱਢ ਕੇ ਜਾਣਾ ਉਹਨਾਂ ਨੂੰ ਕੀ ਲੱਗੇ ਉਹਨਾਂ ਨੂੰ ਕੀ ਲੱਗੇ ਦੁਖੀ ਆ ਤੇ ਵੀ ਅਸੀਂ ਆ ਕਿਸੇ ਨੂੰ ਉਹਨਾਂ ਨੂੰ ਸਰਕਾਰ ਨੂੰ ਕੀ ਲੱਗੇ ਮੈਂ ਸਰਕਾਰਾਂ ਨੂੰ ਸਰਕਾਰਾਂ ਤਾਂ ਆਪਦਾ ਕਰਨਾ ਹੀ ਆ ਕੰਮ ਜਿਹੜਾ ਵੇਚਣਾ ਉਹ ਵੇਚੀ ਜਾਣਾ ਉਹਨਾਂ ਨੇ ਵੀ ਉਹ ਕਿਥੋਂ ਮਿਲੀ ਜਾਂਦਾ ਇੰਨਾ ਗੱਲ ਇਹ ਕਿ ਇਹ ਜਿਹੜਾ ਚੰਗਾ ਵੀ ਕੰਮ ਕਰਦਾ ਉਹਨੂੰ ਅੰਦਰ ਤੇ ਜਿਹੜਾ ਕੋਈ ਮਾੜਾ ਕਰਦਾ ਉਹ ਬਾਹਰ ਕੀਤੀ ਜਾਂਦਾ ਨਾਲੇ ਜਵਾਕ ਪਰਿਵਾਰ ਨੂੰ ਅਗਲਾ ਸਤਾਈ ਜਾਂਦਾ ਹਾਂ ਐਵੇਂ ਮੈਂ ਐਵੇਂ ਹਾਂ ਹੁਣ ਮੈਂ ਤੈਨੂੰ ਇਹ ਗੱਲ ਤਦ ਮੈਂ ਤੇਰੇ ਨਾਲ ਕੀਤੀ ਮੈਂ ਕਿਹਾ ਦੱਸ ਦਿਆਂ ਕਿ ਇਹ ਕੱਲ ਨੂੰ ਕੋਈ ਗੱਲਬਾਤ ਬਣ ਗਈ ਤੇ ਇਹ ਭਗਵੰਤ ਮਾਨ ਸਰਕਾਰ ਐਸਐਮਜੈਡ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।